ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਸੱਜਣੋ ਤੇ ਮਿੱਤਰੋ ਚੋਣਾ ਮਗਰੋਂ ਹੁਣ ਫੈਸਲਾ ਹੋਣ ਜਾ ਰਿਹਾ ਹੈ ਕਿ ਮਰਕਜ਼ ਤੇ ਸੂਬਿਆਂ ਵਿੱਚ ਕਿਸ ਜਮਾਤ ਦੀ ਹਕੂਮਤ ਆਵੇਗੀ ਬਹੁਤਾ ਇਮਕਾਨ ਤੇ ਹੋਈ ਹੈ ਕਿ ਕੇਪੀ ਅੰਦਰ ਪੀਟੀਆਈ ਦੇ ਮੈਂ ਆਫਤਾ ਆਜ਼ਾਦ ਉਮੀਦਵਾਰ ਸਿਰ ਪੀਪਲ ਪਾਰਟੀ ਦਾ ਤੇ ਪੰਜਾਬ ਨੂੰ ਲੀਗ ਦਾ ਬਲੋਚਿਸਤਾਨ ਵਿੱਚ ਸਵਾਂ ਗਰੀ ਤਾਂ ਦੀ ਹਕੂਮਤ ਦੇ ਜਿਹੜੇ ਸੱਤ ਰਹੇਗਾ ਇਸ ਮੌਕੇ ਉੱਤੇ ਮੈਨੂੰ ਉਮੀਦ ਹੈ ਕਿ ਨਵੀਆਂ ਬਣਨ ਵਾਲੀਆਂ ਸਰਕਾਰਾਂ ਨਿਗਰਾਨਾਂ ਦੀ ਉਹਨਾਂ ਜ਼ਾਲਮਾਨਾ ਇਕਦਾਮ ਦੀ ਨਿੰਦਿਆ ਜ਼ਰੂਰ ਕਰਨਗੀਆਂ ਜਿਹੜੇ ਪੰਜਾਬ ਦੁਸ਼ਮਣ ਤੇ ਮਬਰੀ ਰਹੇ ਖਾਸ ਕਰ ਪੰਜਾਬ ਹਕੂਮਤ ਵੱਲੋਂ ਜਿਸ ਨਫਸੀਆਤੀ ਮਰੀਜ਼ਾਂ ਨੂੰ ਡੀਜੀਪੀਆਰ ਦੇ ਉਹਦੇ ਤੇ ਬਿਠਾਇਆ ਗਿਆ ਉਹਦੇ ਦਿਮਾਗ ਦਾ ਇਲਾਜ ਵੀ ਜ਼ਰੂਰ ਕੀਤਾ ਜਾਏਗਾ ਇਹ ਉਹ ਸ਼ੈਤਾਨ ਕਿਰਲੀ ਹੈ ਜਿਨੇ ਸਭ ਤੋਂ ਪਹਿਲਾਂ ਪੰਜਾਬੀ ਅਖਬਾਰ ਰੋਜ਼ਰ ਪਲੇਖਾ ਦੇ ਸਰਕਾਰੀ ਇਸ਼ਤਿਹਾਰ ਬੰਦ ਕੀਤੇ ਇਸ ਦਾਰਜ ਬੈਠੇ ਕਮਿਸ਼ਨ ਵਾਫੀਰ ਲੋ ਸਰੇ ਆਮ ਆਖਿਆ ਗਿਆ ਕਿ ਉਸ ਅਖਬਾਰ ਨੂੰ ਇਸ਼ਤਿਹਾਰ ਮਿਲ ਗਏ ਜਿਹੜਾ ਬਿਊਰੋਕ੍ਰੇਸੀ ਦੀ ਟੈਣੀ ਉੱਤੇ ਬੈਠੇ ਇਹਨਾਂ ਉਲੂਆਂ ਨੂੰ ਕਮਿਸ਼ਨ ਦੇਵੇਗਾ ਅਸੀਂ ਉਦੋਂ ਵੀ ਅਕਸਰ ਦੀ ਗੱਲ ਕੀਤੀ ਤੇ ਆਖਿਆ ਕਿ ਸਰਕਾਰੀ ਇਸ਼ਤਿਹਾਰ ਅਵਾਮ ਦੇ ਡੈਕਸਨਲ ਜਾਰੀ ਹੁੰਦੇ ਨੇ ਇਹ ਉਹਨਾਂ ਅਖਬਾਰਾਂ ਦਾ ਹੱਕ ਕੇ ਜਿਹੜੇ ਮੈਰਟ ਉੱਤੇ ਆਪਣੇ ਆਪ ਨੂੰ ਅਹਿਲ ਸਾਬਤ ਕਰਨ ਅਸੀਂ ਕਮਿਸ਼ਨ ਮੰਗਣ ਵਾਲੇ ਆਰਾਮਖੋਰਾਂ ਨੂੰ ਉਹਦੋਂ ਵਿੱਚ ਇਹ ਤੇ ਲਫਜ਼ਾਂ ਲਈ ਲਾਂਤਿਆਖ ਦਿਆਂ ਦੱਸਿਆ ਕਿ ਅਸੀਂ ਕਦੀ ਧਲਾਗਿਰ ਕੀਤੀ ਹੈ ਤੇ ਨਾ ਹੀ ਅਜਿਹੀ ਬਗੈਰਤੀ ਨੂੰ ਬਰਦਾਸ਼ਤ ਕਰਾਂਗੇ ਰੋਜ਼ਵਾਰ ਪਲੇਖਾ ਦੇ ਇੰਤਜ਼ਾਮੀਆਂ ਨੇ ਕਮਿਸ਼ਨ ਦੇ ਕੇ ਇਸ਼ਤਿਹਾਰ ਲੈਣ ਤੋਂ ਸਾਫ ਇਨਕਾਰ ਕੀਤਾ ਬਿਊਰੋਕ੍ਰਾਸੀ ਦੇ ਨਾਂ ਉਲਵੋਂ ਵਾਰਫੋਰਮ ਤੋਂ ਲਲਕਾਰਿਆ ਤੇ ਆਖਿਆ ਕਿ ਤੁਸੀਂ ਜਿੰਨਾ ਮਰਜ਼ੀ ਆਪ ਦਾ ਮਾਰ ਇਕੱਠਾ ਕਰ ਲਵੋ ਅਸੀਂ ਤੁਹਾਡੀ ਇਸਰਾਮਖੋਰੀ ਨੂੰ हर था इश्तहार बना के रुकाई तिथावे जिसे पैसे उत्तर बीजू पल रहे हैं पंजाबी कलम मजदूर ने इस राम खोरी के साथ खुड़ खुला के गल की उत्तर अफसोस की गल यह भी है कि अखबार मालकान या फिर वो नाम नया तंजीमां जड़िया दावा रख दें कि अखबार सनत अक्कदारी करते हाँ वो सब चुप वटी रही हैं किसी ने भी पाबी सहाफत दी कतल उत्तर गल नहीं की थी। होर तो होर जनाब नजीब रहन शामी मीर शकीरहमान हमीद हरून ਤੇ ਪੀਨਸ ਦੇ ਕਰਤਾਰ ਦਰਤਾ ਸਰਮਤ ਲਈ ਜਾ ਸਾਰੇ ਦੇ ਸਾਰੇ ਗਿੱਧਾ ਜੰਦੇ ਮੂੰਚ ਕੁੰਗਲੀਆਂ ਪਾ ਕੇ ਬਸ ਪੰਜਾਬੀ ਕਲਮਜ਼ਦੂਰਾਂ ਦੀ ਭੁੱਖ ਦਾ ਤਮਾਸ਼ਾ ਵੇਖਦੇ ਰਹਿ ਬਾਰਾਂ ਸਾਨੂੰ ਮੂੰਜ ਵੀ ਨਾ ਤੋ ਕੋ ਖਾਸ ਉਮੀਦ ਨਹੀਂ ਸੀ ਇਹ ਸਾਡੀ ਗੱਲ ਕਰਨਗੇ ਕਿਉਂ ਜੀ ਇਹ ਸਾਰੇ ਦੂਜਿਆਂ ਦਾ ਸਰਦਾ ਕਰ ਰਹੀ ਕਿ ਅੱਗ ਸੇਕਦੇ ਆਦੀ ਨੇ ਰਾਨੀ ਇਸ ਗੱਲ ਦੀ ਵੀ ਹੈ ਕਿ ਕਲਮਜ਼ਦੂਰਾਂ ਦੇ ਹੱਕ ਵਿੱਚ ਉਸ ਸਾਫੇ ਤਨਜ਼ੀਮਾਂ ਵੀ ਬਾਹਰ ਨਹੀਂ ਆਈਆਂ ਜਿਹੜੀਆਂ ਕੀ ਕੀ ਮੈਨੇ ਸਾਫੀਆਂ ਤੇ ਬੁੱਢਲੇ ਹੱਕਾਂ ਦੀ ਗੱਲ ਕਰਦੀਆਂ ਨੇ ਮੈਂ ਅਰਸ਼ਦ ਇਨਸਾਰੀ ਅਫਜ਼ਲ ਬਟ राणा सीम तो दूजे कलम मजदूर आगू आखाँगा कि इस मामले तो खुल के गल कर क्यों जी यक कलम मजदूर ले रोजा भुलेखा कोई कारोबारी इदारा नहीं ना ये किसी लैंड माफिया या एजुकेशन माफिया के काले धरती की प्रोटेक्शन के लिए कायम होने वाला मीडिया हाउस है ये उन्होंने कलम मजदूरों की थार है जेडे एक मिशन समझ के यद जुड़े ने इस कमाया जाता है वह खर्चे कट के कामिया वढ़ाए दसो कि अखबार इस फार्मूले तक चल रहे हैं ਸ਼ਾਇਦ ਕੋਈ ਵੀ ਨਹੀਂ ਸੋਬੇਲਿਓ ਸਾਰਾ ਤੁਹਾਡੀ ਲੋੜ ਹੈ ਤਾਂ ਜੀ ਅਸੀਂ ਇਸ ਜੰਗ ਨੂੰ ਅਗਾ ਵਧਾ ਕੇ ਪੰਜਾਬੀ ਕਲਮ ਮਜ਼ਦੂਰਾਂ ਦਾ ਰਿਸਕੋਟੀ ਮਹਿਸੂਸ ਬਰਾ ਸਕੀਏ ਮੈਂ ਵੀ ਦੱਸਦਾ ਜਾਵਾ ਕਿ ਕਾਨੂੰਨ ਬੁਝੇ ਸਰਕਾਰੀ ਇਖਤਿਆਰਾਂ ਦਾ 5 ਫੀਸਦੀ ਕੋਟਾ ਪੰਜਾਬੀ ਅਖਬਾਰਾਂ ਦਾ ਬੁੱਢਾ ਹੱਕ ਪਰ ਇਹ ਹੱਕ ਬਿਊਰੋਕ੍ਰੇਸੀ ਦੇ ਆਰਾਮਖੋਰ ਉਹਨਾਂ डमी ਅਖਬਾਰਾਂ ਨੂੰ ਦੇ ਰਹੇ ਨੇ ਜਿਹੜੇ ਕਦੀ ਨਹੀਂ ਛਾਪਦੇ ਬਸ ਉਹਦੋਂ ਇਹਨਾਂ ਦੀ ਦੰਮੀ ਛਾਪੇ ਜਾਂਦੀ ਹੈ ਜਾਂਦੀ ਰਹਿਣੋਂ ਕਮਿਸ਼ਨ ਵਗੋਂ ਇਖਤਿਆਰ ਲੱਭਦਾ ਹੈ ਅਸੀਂ ਆਪਣੇ ਹੱਕਾਂ ਲਈ ਇਸ ਜੰਗ ਲਈ ਹਰ ਫੋਰਮ ਉੱਤੇ ਆਵਾਜ਼ ਉਠਾਗੇ ਇਸ ਵਰਨਨ ਮੈਂ ਆਪਣੇ ਸੱਜਣ ਖਸ਼ਰੂਦ ਅਲੀ ਖਾਨ ਆਮਸ਼ਕੂਰਾਂ ਕਿਉਂ ਨਸਾਲੇ ਦੀ ਆਵਾਜ਼ ਚੁੱਕੀ ਉਹ ਆਪ ਵੀ ਇਸ ਬਿਰੋਕ੍ਰਾਸੀ ਵਿੱਚ ਬੈਠੇ ਕੁਝ ਸੱਪਾਂ ਦੇ ਡੰਗੇ ਹੋਏ ਨੇ ਉਹਨਾਂ ਨੇ ਕਲਮ ਮਜ਼ਦੂਰਾਂ ਤੇ ਅਖਬਾਰਾਂ ਦੇ ਆਕਾਲੀ ਜਿਹੜੇ ਆਵਾਜ਼ ਚੁੱਕੀ ਮੈਂ ਸਮਝਦਾ ਹਾਂ ਕਿ ਉਹਨਾਂ ਆਪਣਾ ਫਰਜ਼ ਨਿਭਾ ਰਿਹਾ ਸੀ ਲੋੜ ਇਸ ਗੱਲ ਵੀ ਹੈ ਕਿ ਇਸ ਜੰਗ ਅੰਦਰ ਉਹ ਸਾਰੇ ਲੋਕ ਸ਼੍ਰੀ ਕੋਨ ਜਿਹੜੇ ਆਪਣੇ ਆਪ ਨੂੰ ਪੰਜਾਬੀ ਸਮਝਦੇ ਨੇ ਕਿਉਂ ਜੇ ਅੱਜਕੱਲ ਪੰਜਾਬੀ ਬੋਲੀ ਤੇ ਪੰਜਾਬੀ ਸਾਫਤ ਦੀ ਹੈ ਸੱਜਣੋ ਤੇ ਮਿੱਤਰੋ ਨਵੀਂ ਬਣਵਲੀ ਹਕੂਮਤ ਲਈ ਇਖਤਿਆਰ ਕੋਈ ਸੌਖਾ ਇਮਤਿਹਾਨ ਨਹੀਂ ਹੋਣਾ खासकर मरकज जब कई जमाती इतिहाद हुक्मरान बनेगा तो फिर इतिहादियों के तकाजे भी वे यकीनी गल है कि सब दशा पूरी कर सौखा काम नहीं ये कोई पहली बार नहीं इस तो पहले भी धारतीय हुकूमत ने रिरासत चलाया है असल गल यह है कि आने वाली हुकूमत ब्योरोक्रेसी के हथों बलैकमेल होंगी है या फिर सारे हिसाब लगी है जिन्हें अंदेरा फेरी करके मकरू बाबूशाही अरबा पत्ती हो गई है इस हवाल मरकजी वजारत इतलाह के वरके तो जरूर फोड़ने पैणगे जिथे बैठे पी आई ओ तारक खान ने इश्तहार की मंडी ला के हर उस बंद नवाजे जिन्हें वह पूजा गर्म किया रिश्वत ना देने खुशनूद रिखा जे अखबार को धमकाया गया अखबारों डेकोरेशन महसूस करने की धमकी दी गई त्योहार चुकया गया जो बदबद कर सकते सन मैं पहला भी आ चुकया हाँ कि जेकर सरकार इन्हें हराम खोरा नत्थ पा चाहिए ने तो फिर सब तो पहली गोई मैं देवगा मेरे को मुकम्मल सबूत मौजूद ने कि तारक खान जहरा पी आई ओ है उसने कमिशन लैके इश्तेहार दिए मैं पहला थी किसे भी सरकार को आख्या किसी भी फोरम उत्ते बुलाओ तारखानू मेरे सामने बिठाओ मैं सबत करा कि हराम हो कमिशन माफिया दस रखना है मैं भी चैलेंज दिता से मैं किसी भी अदालती कमिशन अगर बुलाओ जो मैं सबत ना कर सक वजारत इतलात डी जी पी आर अंदर कमीशन माफिया का राह दें तो फिर जो चोर की सजा वह मेरी सजा यो हालूमत वजारत इतलात रहा अमरबीर की पा दुश्मनी सिर चढ़ के बोलती रही तो फरंट परसन ਡੀਜੀਪੀ ਅਰਬੀ ਨਫਸਲ ਖੋਲ ਖੁਲਾ ਕੇ ਆਰਾਮ ਖੋਰੀ ਦੀ ਕਾਲਕ ਨਾਲ ਆਪਣਾ ਮੂੰਹ ਕਾਲਾ ਕਰਦੀ ਰਹੀ ਮਾਮੂਲੀ ਤਰ੍ਹਾਂ ਲੈਣ ਵਾਲੀ ਏ ਅਫਸਰ ਅੱਜ ਕਰੋੜਾਂ ਰੁਪਏ ਦਾ ਘਰ ਬਣਾ ਰਹੀ ਹੈ ਇਹਦੀਆਂ ਸਾਰੀ ਉਮਰ ਦੀ ਤਰ੍ਹਾਂ ਇਕੱਠੀਆਂ ਕਰ ਲਵੋ ਤੇ ਤਾਂ ਵੀ ਇਹ ਘਰ ਤੇ ਦੂਰ ਦੀ ਗੱਲ ਉਸ ਥਾਂ 'ਤੇ ਪਲਾਟ ਵੀ ਨਿਕਲ ਸਕਦੀ ਜਿੱਥੇ ਮਹਲ तामीर ਕਰ ਰਹੀ ਹੈ ਇੰਜ ਮੈਂ ਹੀ ਸਭ ਜ਼ਾਦੀ ਦੀ ਮਿਸਾਲ ਵੀ ਦੇਵਾਂਗਾ ਜਿਹੜੇ ਬਾਰੇ ਆਖਿਆ ਜਾਂਦਾ ਰਿਹਾ ਕੋਹ 12 ਤੋਂ ਕਮਿਸ਼ਨ ਲੈ ਕੇ ਇਸ਼ਤਿਹਾਰ ਜਾਰੀ ਕਰਾਉਣ ਦਾ ਠੇਕਾ ਪਕਦੀ ਸੀ ਸਜਣੋ ਤੇ ਮਿੱਤਰੋ ਮੈਂ ਕਿਸੇ ਦੀ ਦੀ ਬਾਰੇ ਬੋਦੀ ਗੱਲ ਨਹੀਂ ਕਰਾਂਗਾ ਬਸ ਇਹ ਨਹੀਂ ਬਤੇਰੀਏ ਕਿ ਬਹੁਤ ਸਾਰੇ ਮਾਮਲੇ ਇਹ ਹੋ ਜਾਣੇ ਜਿਹੜੇ ਖੁੱਲੇ ਤੇ ਫਿਰ ਬਦਨਾਮੀ ਦੀ ਹਨੇਰੀ ਡਕੀ ਨਹੀਂ ਜਾਣੀ ਕਈ ਸਿਰਾਂ ਖੇ ਪੈਣੀਆਂ ਤੇ ਕਈ ਮੂੰਹ ਕਾਲੇ ਹੋਣੇ ਨੇ ਮੈਂ ਇਹ ਗੱਲ ਨਾ ਵੀ ਕਰਦਾ ਪਰ ਸਜਨੋ ਜੇ ਕੁਝ ਜਨਾਨੀ ਚੋਰੀ ਕਰਨ ਲੱਗਿਆ ਇਹ ਨਾ ਸੋਚੇ ਕਿ ਉਹ ਰozat ਹੈ ਉਹਨੂੰ ਸਾਡੀ ਦਿੱਤ ਲੰਦਰ ਇੱਜ਼ਤ ਆਖਿਆ ਜਾਂਦਾ ਏ ਉਹ ਸਾਡੀ ਪੱਗ ਹੈ ਉਹ ਪੰਜਾਬ ਦਾ ਮਾਣ ਹੈ ਜੇਕਰ ਉਹ ਤੀ ਬਣ ਕੇ ਕਿਸੇ ਦੇ ਘਰ ਚਲੀ ਜਾਵੇ ਤੇ ਲੋਕ ਕਤਲ ਮਾਫ ਕਰ ਦਿੰਦੇ ਨੇ ਤੇ ਜੇ ਕੁਝ ਜਨਾਨੀ ਇਸ ਰਵਾਇਤ ਦਾ ਹਿਆਨਾ ਕਰੇ ਕਾਲੇ ਚੋਰ ਵਾਂਗੂ ਚੋਰੀਆਂ ਸ਼ੁਰੂ ਕਰਦੇ ਨੇ ਫਿਰ ਸਾਡਾ ਸਮਾਜ ਉਹਨੂੰ ਇੱਕ ਚੋਰ ਹੀ ਸਮਝਦਾ ਏ ਸਮਾਜ ਉਹਦੇ ਤੋਂ ਸਾਰਿਆਂ ਕੁ ਵਾਪਸ ਲੈ ਲੈਂਦਾ ਏ ਜਿਹੜੇ ਜ਼ਨਾਨੀ ਹੋਣ ਕਰਨ ਉਹਦਾ ਮਾਰ ਵਧਾਦੇ ਨੇ ਇਹ ਜ਼ਨਾਨੀ ਚੋਰ ਵੀ ਏ ਤੇ ਚੋਰ ਦੀ ਮਾਂ ਵੀ ਇਸ ਦੇ ਬਾਵਜੂਦ ਮੈਂ ਹਾਲੇ ਵੀ ਗੱਲਾਂ ਦੀ ਉਹ ਗੱਟਲੀ ਨਹੀਂ ਖੋਲ ਰਿਆ ਜਿਹਦੇ ਅੰਦਰ ਰੰਗ ਬਰੰਗੀਆਂ ਬੇਸ਼ਮਾਰ ਕਹਾਣੀਆਂ ਲੁਕੀਆਂ ਨੇ ਬਸ ਇਨਾ ਆਖਾਂਗਾ ਕਿ ਬੀਬੀ ਤੂੰ ਜੋ ਤੇਰੇ ਟੱਬਰ ਨੇ ਪੂਰਾ ਇੱਕ ਸਾਲ ਪੰਜਾਬੀ ਅਖਬਾਰ ਦੇ ਕਾਮਿਆਂ ਦਾ ਰੋਟੀ ਬੰਦ ਕਰਕੇ ਹਰਾਮ ਦਾ ਮਾਲ ਖਮਾਇਆ ਤੂੰ ਕਮਿਸ਼ਨ ਆਖਦੀਆ ਤੇ ਪਲਿਆ ਬਿਕ ਕਲਮਜ਼ੂਰ ਅਸਿਬਾਤ ਤੂੰ ਖਾਲ ਲਖੀਆ ਤੂੰ ਆਪਣੀਆਂ ਅਸਸ਼ਾਂ ਲਈ ਅਖਬਾਰਾਂ ਦੇ ਕਾਮਿਆਂ ਦੀ ਸਫੈਦ ਪੁਸ਼ੀ ਕੋਈ ਤੂੰ ਆਪਣੇ ਕੇਕ ਲਈ ਮੇਰੇ ਕਲਮਜ਼ੂਰ ਭਰਾਵਾਂ ਦੇ ਨਿਆਣੇ ਤੂੰ ਰੋਕੀ ਸੁੱਕੀ ਰੋਟੀ ਖੋਲੇ ਅਸੀਂ ਤੈਨੂੰ ਕਦੀ ਮਾਫੀ ਕਰਾਂਗੇ ਤੇਰੇ ਜ਼ੁਲਮੀ ਹੁੰਦਾ ਯਾ ਜ਼ਰੂਰ ਕੀਤਾ ਪਰ ਯਾਦ ਰੱਖੀ ਕੋਈ ਜ਼ੁਲਮੀ ਜੇਕਰ ਆਪਣੇ ਆਪ ਨੂੰ ਜ਼ਾਲਮਾ ਦੇ ਸਫਤ ਖਰਾਰ ਨਵੇ ਤੇ ਉਹ ਸਿਰਫ ਜ਼ਾਲਮ ਹੀ ਹੁੰਦੀ ਹੈ ਚੋਰ ਚੋਰ ਹੁੰਦਾ ਉਹਦਾ ਹੋਰ ਕੋਈ ਰੂਪ ਨਹੀਂ ਹੁੰਦਾ ਲਿਆਦਾ ਜਿੰਨੀ ਰਹਿਤ ਉਸਕ ਦੀ ਸੀ ਸੁਕੀਤੀ ਹੁਣ ਅਸੀਂ ਚੋਰ ਨੂੰ ਚੋਰ ਵੀ ਆਕਾਂਗੇ ਤੇ ਇਹ ਵੀ ਦੱਸਾਂਗੇ ਕਿ ਇਸ ਕੀ ਕੀ ਗਲ ਖਲੇ ਨੇ ਜੇਕਰ ਸਾਡੇ ਕਲਮ ਚੋਂ ਦਿੱਤੀਆਂ ਪੈਣਾ ਤੁਹਾਡੀਆਂ ਧਕੀਤੀਆਂ ਪਰੋਂ ਆਪਣੀਆਂ ਦੀਜਾਂ ਪੂਰੀਆਂ ਨਹੀਂ ਕਰ ਸਕੀਆਂ ਜੇ ਉਹਨਾਂ ਭੁੱਖਾ ਕੱਟੀਆਂ ਤੇ ਫਿਰ ਯਾਦ ਰੱਖਣਾ ਉਹਨਾਂ ਦੇ ਵੀ ਆਕੇ ਕੋਲੁਕਾਇਰ ਨੂੰ ਦੱਸਣ ਕਿ ਤੁਹਾਡੀਆਂ ਧੀਆਂ ਪੈਣਾ ਨੇ ਕੀ ਕੀ ਕਰਤੂਤ ਕੋਲੇ ਨੇ ਸਭੇ ਗੱਲਾਂ ਹੋ ਗਈਆਂ ਤੇ ਸਾਰੀਆਂ ਕਰਤੀਆਂ ਖੁੱਲਣ ਗਿਆ ਪੰਜਾਬੀ ਅਫਬਾਰਾਂ ਤੇ ਕਾਮਿਆਂ ਦਾ ਹੱਕ ਮਾਰਨ ਵਾਲੇ ਬਦਬਖਤਰਾਂ ਮੀਆਂ ਉੱਤੇ ਲੱਖ ਲੱਖ ਲਾਨਤਾ ਤੇ ਪੰਜਾਬੀ ਉੱਤੇ ਮਾਨ ਕਰਨ ਵਾਲਿਆਂ ਨੂੰ ਲੱਖ ਲੱਖ ਸਲਾਮਾਂ ਇਜਾਜ਼ਤ ਦੋ ਜ਼ਬਰਾਕ